ਬਿਸਮਿਲ੍ਲਾਹਿ ਰਹਿਮਾਨੁ ਰਹੀਮ। ਅਸਲਾਮੁ ਅਲੈਕੁਮ। ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਹੋ ਆਬਾਦ ਰੱਖੇ, ਇਸ ਦੀਆਂ ਮੁਸਕਰਾਉਂਦੀਆਂ ਰੱਖੇ ਤੇ ਅੱਜ ਦਾ ਵਲੋਗ ਕਰਨਾ ਸ਼ੁਰੂ। ਕੌਣ ਕੌਣ ਜਾਣਦਾ ਹੈ ਕਿ ਆ ਕੌਣ ਸਾਹਿਬ ਨੇ, ਜ਼ਰੂਰ ਦੱਸਿਓ। ਇਹ ਸਾਡੇ ਮੇਰੇ ਕੋਲ ਦਾ ਬੋਰਡ ਆ ਗਿਆ, ਅਸੀਂ ਜਾ ਰਹੇ ਹਾਂ ਡੇਰੇ। ਅੱਜ ਦੀ ਵੀਡੀਓ ਬੜੀ ਅੱਛੀ ਹੋਣੇ ਵਾਲੀ ਹੈ। ਭਾਈ ਟੂਬਲ ਤੇ ਨਹਾ ਰਹੇ ਨੇ ਅਤੇ ਸਾਰੇ ਦੋਸਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਦੋਸਤਾਂ ਵਿੱਚ ਸ਼ੇਅਰ ਵੀ ਕਰੋ। ਅਤੇ ਅੱਜ ਦੀ ਵੀਡੀਓ ਵਿੱਚ ਮੋਟਰ ਕਲਿੱਪ, ਥੋੜ੍ਹੇ ਜਿਹੇ ਕਲਿੱਪ ਕਬੂਤਰਾਂ ਦੀ ਵੀਡੀਓ ਥੋੜ੍ਹੀ ਜਿਹੀ ਬਣਾ ਦਿਆਂਗੇ। ਅਤੇ ਆਤਫ ਦੀ ਬਣਾ ਰਿਹਾ, ਉਮਰ ਬਾਈ ਦੀ ਥੋੜ੍ਹੀ ਜਿਹੀ ਕਲਿੱਪ ਲੈਂਦੇ ਹਾਂ। ਅਤੇ ਟੂਬਲ ਵਿੱਚ ਗਰਮੀਆਂ ਚਲਾਉਣੇ ਦਾ ਬੜਾ ਮਜ਼ਾ ਆਉਂਦਾ। ਉਮੀਦ ਕਰਾਂਗੇ ਕਿ ਤੁਹਾਨੂੰ ਵੀਡੀਓ ਬੜੀ ਚੰਗੀ ਲੱਗੇਗੀ ਅਤੇ ਵੀਡੀਓ ਆਖਰ ਤੱਕ ਵੇਖੋ, ਬਲਕਿ ਜ਼ਰੂਰੀ ਹੈ ਆਖਰ ਤੱਕ ਵੇਖਣਾ, ਸ਼ੁਰੂ ਤੋਂ ਲੈ ਕੇ ਆਖਰ ਤੱਕ, ਕਿਉਂਕਿ ਚੈਨਲ ਦਾ ਇਹਦੇ ਵਿੱਚ ਜ਼ਿਆਦਾ ਫਾਇਦਾ ਹੁੰਦਾ ਅਤੇ ਲਾਇਕ ਤਾਂ ਜ਼ਰੂਰ ਬਣਦਾ ਨਾ। ਇਹ ਮੱਛੀਆਂ ਅਸੀਂ ਜ਼ਰਾ ਨਕਲੀ ਲਾਈਆਂ ਨੇ, ਥੋੜ੍ਹੀਆਂ ਖੂਬਸੂਰਤ ਲੱਗੇ ਮੰਜ਼ਰ ਨਾ। ਵੈਸੇ ਇੰਜ ਪਾਣੀ ਖਾਲੀ ਮੱਛੀਆਂ ਵਿੱਚ ਨਹੀਂ ਹੈ। ਬਾਅਦ ਵਿੱਚ ਬੀਜ ਸੱਟਾਂਗੇ ਅਤੇ ਆਓ ਜੀ ਐਕਚੁਲੀ ਟੂਬਵੈਲ ਵਾਲੀ ਮੋਟਰ ਚੱਲ ਰਹੀ ਹੈ ਪਾਣੀ ਅਤੇ ਗਰਮੀਆਂ ਦੇ ਵਿੱਚ ਨਹਾਉਣ ਦਾ ਬਹੁਤ ਹੀ ਸੀਨ ਹੈ, ਬਹੁਤ ਮਜ਼ਾ ਆਉਂਦਾ। ਮੈਂ ਆਪਣੀ ਜੁੱਤੀ ਸ਼ਾਇਦ ਭੁੱਲ ਚੱਲਾ ਸੀ। ਇਹ ਜਨਾਬ ਲੱਗੀ ਹੈ ਮੋਟਰ, ਮੈਂ ਜਾਵਾਂਗਾ ਮੋਟਰ ਦੇ ਵਿੱਚ, ਮਿੱਟੀ ਜਿਹੜੀ ਹੈ ਗਿੱਲੀ ਹੈ, ਜਿਸਮ ਨੂੰ ਠੰਡਾ ਰੱਖਦੀ ਹੈ ਅਤੇ ਕਾਫੀ ਇਸ ਵਕਤ ਮੈਂ ਸਕੂਨ ਦੇ ਵਿੱਚ। ਆਓ ਜੀ ਹੁਣ ਮੋਟਰ ਆ ਚੱਲੀ, ਇੱਕ ਵਾਰੀ ਜਦੋਂ ਲਾਈਏ ਤਾਂ ਆਪਣਾ ਅਸਲੀ ਰੂਪ ਵਿੱਚੋਂ ਕੱਢੀਏ। ਤੁਸੀਂ ਸਾਰੇ ਦੋਸਤ ਦੱਸੋ ਇਸ ਤਰ੍ਹਾਂ ਟੂਬਵੈਲ ਵਿੱਚ ਛਾਲਾਂ ਮਾਰਦੇ ਰਹੇ ਹੋ ਜਾਂ ਨਹੀਂ? ਬਹੁਤ ਗਰਮੀ ਹੈ ਅਤੇ ਗਰਮੀ ਦੇ ਵਿੱਚ ਇੱਥੇ ਨਹਾਉਣ ਦਾ ਕਾਫੀ ਮਜ਼ਾ ਆਉਂਦਾ ਹੈ। ਕਾਫੀ ਦੋਸਤ ਵੀ ਚੰਦ ਆਏ ਨੇ, ਨਹਾ ਰਹੇ ਨੇ ਇੱਥੇ, ਕਾਫੀ ਠੰਡਾ ਪਾਣੀ ਹੈ ਔਰ ਗਰਮੀਆਂ ਦੇ ਵਿੱਚ ਜੰਨਤ ਬਣੀ ਹੁੰਦੀ ਹੈ ਨਾ। ਉਹਦੇ ਤੋਂ ਪਹਿਲੇ ਕਿ ਬਣ ਗਿਆ ਤੁਸੀਂ ਆ ਜਾ ਸੀਨ ਵੀ ਬਹੁਤ ਗਰਮੀ ਨਹੀਂ ਹੈ, ਜੰਨਤ ਹੈ। ਪਾਣੀ ਉਸਦਾ ਦੋ ਪੈਪਾਂ ਵਿੱਚ ਨਿਕਲ ਰਿਹਾ, ਇੱਕ ਉਹ ਬਿਲਕੁਲ ਥੱਲੇ ਫਰਸ਼ ਨਾਲ, ਇੱਕ ਹੈ ਉੱਪਰ। ਦੋਸਤੋ ਦੱਸੋ ਕਿ ਅੱਜ ਦੀ ਵੀਡੀਓ ਤੁਹਾਨੂੰ ਕੈਸੀ ਲੱਗ ਰਹੀ ਹੈ? ਉਮਰ ਬਾਈ ਨੇ ਛਾਲ ਮਾਰੀ ਜੇ ਹੋਜ਼ ਦੇ ਵਿੱਚ, ਅਤੇ ਗਰਮੀਆਂ ਦਾ ਮੌਸਮ ਹੋਵੇ ਤਾਂ ਬੜਾ ਹੀ ਸਕੂਨ ਮਿਲਦਾ। ਅਕਸਰ ਲੋਕ ਇਸ ਤਰ੍ਹਾਂ ਨਹਿਰ ਵਿੱਚ, ਜਿਨ੍ਹਾਂ ਨੂੰ ਤੈਰਨਾ ਅੱਛਾ ਨਹੀਂ ਲੱਗਦਾ, ਉਹ ਇਸ ਤਰ੍ਹਾਂ ਹਵਾ ਝਾੜ ਦਿੰਦੇ ਨੇ ਅਤੇ ਨਹਿਰ ਵਿੱਚ ਛਾਲ ਮਾਰ ਦਿੰਦੇ ਨੇ। ਸਾਰੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਇਸ ਨੂੰ ਲਾਈਕ ਕਰੋ। ਸ਼ੁਕਰੀਆ।
ਉਮਰ ਬਾਈ ਠਹਿਰਿਓ ਥੱਲੇ ਬੱਚਾ ਜੇ ਇਹਨੂੰ ਸਾਈਡ 'ਤੇ ਉਹ ਲੈਣ ਦਿਓ ਇਹਦੇ ਉੱਤੇ ਨਾ ਛਾਲ ਮਾਰਿਓ ਰੁਕ ਜਾਓ ਥੋੜ੍ਹੇ ਜੰਪ ਲਓ ਚਲੋ ਜੀ ਇਹ ਉਮਰ ਬਾਈ ਨੇ ਛਾਲ ਮਾਰ ਦਿੱਤੀ ਜੇ ਭਾਈ ਇਹ ਵੀ ਨਹੀਂ ਮਾਰੀ ਇਹ ਜੰਪਿੰਗ ਕਰਦੇ ਨੇ ਪਏ ਮੈਂ ਦਿਲ ਛਾਲ ਚੰਗੀ ਵੱਡੀ ਲੱਗੇ ਨੇ ਦੇਖਦੇ ਹਾਂ ਫਿਰ ਕੀ ਬਣਦਾ ਵਾਹ ਜੀ ਵਾਹ ਉਹ ਉਮਰ ਬਾਈ ਤੁਸੀਂ ਤਾਂ ਕਮਾਲ ਕਰ ਦਿੱਤਾ ਕੰਡ ਪਾਣੀ ਦੇ ਮਾਰ ਕੇ ਫਿਰ ਵਾਪਸ ਠੀਕ ਹੋ ਗਿਆ ਜਿਸ ਟਾਈਮ ਗਰਮੀ ਜ਼ਿਆਦਾ ਲੱਗੀ ਹੋਵੇ ਫਿਰ ਪਾਣੀ ਥਲੀ ਨੂੰ ਸੀਰ ਕੱਢਣ 'ਤੇ ਦਿਲ ਨਹੀਂ ਕਰਦਾ ਇਸ ਵੀਡੀਓ ਵਿੱਚ ਥੋੜ੍ਹੀ ਦੇਰ ਬਾਅਦ ਡੇਰੇ ਦੇ ਉਹ ਛੱਤ 'ਤੇ ਜਾਵਾਂਗੇ ਉੱਥੋਂ ਥੋੜ੍ਹੇ ਵੀਡੀਓ ਬਣਾਵਾਂਗੇ ਉਹ ਵੀ ਅਸੀਂ ਵੀਡੀਓ ਦੇ ਆਖਰ 'ਤੇ ਲਾਵਾਂਗੇ ਕਿ ਉੱਪਰੋਂ ਥੱਲੇ ਕਿਸ ਤਰ੍ਹਾਂ ਨਜ਼ਰ ਆਉਂਦਾ ਮਾਸ਼ਾਅੱਲਾ ਜੀ ਬੜਾ ਹੀ ਪਿਆਰਾ ਪਾਣੀ ਹੈ ਸਾਫ ਸੁਥਰਾ ਉਹ ਦੇਖਿਆ ਜੇ ਨਿੱਕੇ ਨਿੱਕੇ ਛਾਲਾਂ ਕਿੰਝ ਮਾਰਦੇ ਨੇ ਅੱਜ ਤੇ ਜ਼ਰਾ ਘੱਟ ਆਏ ਨੇ ਮੁੰਡੇ ਕਿ ਇੱਥੇ ਕਾਫੀ ਚੱਲੇ ਤੇ ਕਾਫੀ ਜ਼ਿਆਦਾ ਆ ਕੇ ਰਸ਼ ਪਿਆ ਹੁੰਦਾ ਖਾਸ ਕਰ ਅੱਜ ਕੱਲ੍ਹ ਗਰਮੀਆਂ ਵਿੱਚ ਨਾ ਇਹ ਉਮਰ ਬਾਈ ਦੇਖੋ ਕਿੱਟੂ ਵੱਲ ਬੰਦ ਕਰਨਗੇ ਅਤੇ ਉੱਥੋਂ ਦੇਖ ਰਹੇ ਕਿ ਨਿੱਕੇ ਥੋੜ੍ਹੇ ਦੇਰ ਛਾਲਾਂ ਮਾਰ ਲੈਣ ਫਿਰ ਬੰਦ ਕਰਨਾ ਇਹਨਾਂ ਨੂੰ ਛਾਲਾਂ ਮਾਰਦਿਆਂ ਵੇਖ ਕੇ ਉਹਨਾਂ ਨੂੰ ਵੀ ਜੋਸ਼ ਚੜਿਆ ਛਾਲ ਮਾਰਨ ਦਾ ਇਹ ਜੀ ਉਮਰ ਬਾਈ ਛਾਲੀ ਲਾਊ ਨੇ ਵਾਹ ਜੀ ਵਾਹ ਉਮਰ ਬਾਈ ਨੇ ਟੂਵੈੱਲ ਬੰਦ ਕਰ ਦਿੱਤਾ ਪਰ ਉਸ ਦੇ ਵਿੱਚ ਪਾਣੀ ਹੈ ਰਵੇ ਦਾ ਕਿਉਂਕਿ ਉਹਦਾ ਥੱਲੇ ਵਾਲਾ ਸਰਾਫ ਬਾਹਰੋਂ ਵਾਲ ਬੰਦ ਕਰ ਦਿੱਤਾ ਤਾਂ ਉੱਥੇ ਪਾਣੀ ਮੌਜੂਦ ਰਵੇ ਠੰਡਾ ਪਾਣੀ ਤਾਜ਼ਾ ਪਾਣੀ ਇਹ ਬੱਚੇ ਨਹਾਉਂਦੇ ਰਹਿਣ ਅਤੇ ਆਪਣੀ ਮਰਜ਼ੀ ਨੂੰ ਡਿਸਟਰਬ ਨਾ ਨਹਾ ਕੇ ਰੱਜ ਰਹੇ ਤਾਂ ਫਿਰ ਘਰ ਟੁੱਟ ਜਾਣਗੇ ਅਤੇ ਤੁਹਾਨੂੰ ਤੁਸੀਂ ਦੱਸੋ ਕਿ ਵੀਡੀਓ ਤੁਹਾਨੂੰ ਕੈਸੀ ਲੱਗਦੀ ਹੈ ਵੀ ਰਾਏ ਦਿਆ ਕਰੋ ਤਾਂ ਕਿ ਅਸੀਂ ਫਿਰ ਵਧੀਆ ਤੋਂ ਵਧੀਆ ਵੀਡੀਓ ਬਣਾਈਏ ਕਰੀਏ ਹੈ ਹੁਣ ਛੱਤ ਦੇ ਉੱਪਰੋਂ ਦੇਖੋ ਉਹ ਹੁਣ ਕੋਈ ਹੋਰ ਬੱਚੇ ਆਏ ਨਾ ਜਾਂ ਫਿਰ ਅਗਲੇ ਕੱਪੜੇ ਪਾ ਕੇ ਵਾਪਸ ਜਾਊਗੇ ਅਤੇ ਜਿਹੜਾ ਡੇਰੇ ਦੇ ਇਰਦ ਗਿਰਦ ਇਹ ਫਸਲਾਂ ਉਹ ਕਮਾ ਦੇ ਉਹ ਸਾਹਮਣੇ ਬਾਜ਼ਾਰ ਵਾਲਾ ਪਿੰਡ ਹੈ ਇਸ ਸਾਈਡ 'ਤੇ ਵੀ ਜਵਾਰ ਹੈ ਇਹ ਕਬੂਤਰ ਉਹਨਾਂ 'ਚ ਕੱਢਣ ਦੇ ਬਾਹਰ ਇਹ ਦੇਖਦੇ ਹਾਂ
ਆਤਾ ਫੋਨ ਉਹ ਇੱਕ ਮੁੰਡਾ ਮੋਟਰਸਾਈਕਲ ਆਇਆ ਉਹਦੇ ਨਾਲ ਪੈ ਗਿਆ ਡਰੰਮੀ ਦੁੱਧ ਵਾਲੀ ਲੋਕ ਦੇਣ ਚੱਲੇ ਨੇ ਜਿਹੜੇ ਕਬੂਤਰ ਪੇ ਬਾਹਰ ਪਿਆ ਕੱਢਦੇ ਆ ਤਾਂ ਇਹ ਕਬੂਤਰ ਕੁਝ ਬੱਚੇ ਨੇ ਕੁਝ ਵੱਡੇ ਨੇ ਇਹ ਬੱਜੇ ਨੇ ਠੀਕ ਹੈ ਨਾ ਅਤੇ ਇਹਨਾਂ ਨੂੰ ਕੁਝ ਦਿਹਾੜੇ ਪਿੰਜਰੇ 'ਤੇ ਬਾਹਰ ਪਾ ਲਵਾਂਗੇ ਫਿਰ ਕੁਝ ਦਿਨ ਉਹਨੂੰ ਖੋਲ ਦਿਆਂਗੇ ਫਿਰ ਇਹਨਾਂ ਨੂੰ ਡਰਾਉਣਾ ਸ਼ੁਰੂ ਕਰਾਂਗੇ ਇਹਨਾਂ ਨੂੰ ਫਿਰ 'ਤੇ ਪਾਵਾਂਗੇ ਇਹਨਾਂ ਦੀ ਪ੍ਰੈਕਟਿਸ ਆਉਂਦਿਆਂ ਆਉਂਦਿਆਂ ਬਾਕੀ ਜਿਹੜੇ ਕਬੂਤਰ ਪੱਟੇ ਨੇ ਉਹ ਵੀ ਸਾਰ ਹੋ ਜਾਂਦੇ ਤਕਰੀਬਨ ਹੋਰ 35-40 ਦਿਨਾਂ ਤੱਕ ਪੂਰਾ ਦਿਨ ਇੰਜ ਟੂਵੈਲ 'ਤੇ ਆਉਣ ਜਾਣ ਬੱਚਿਆਂ ਦਾ ਲੱਗਿਆ ਹੀ ਰਹਿੰਦਾ ਕਈ ਵਾਰੀ ਟੂਵੈਲ ਚੱਲ ਰਿਹਾ ਹੁੰਦਾ ਕਈ ਵਾਰੀ ਨਾ ਵੀ ਚੱਲ ਰਿਹਾ ਹੋਵੇ ਤਾਂ ਪਾਣੀ ਵਿੱਚ ਖੜ੍ਹੇ ਆਉਂਦਾ ਖਲੋਤੇ ਆਉਂਦਾ ਉਹਦੇ 'ਚ ਨਹਾ ਲੈਂਦੇ ਨੇ ਗਰਮੀ 'ਚ ਕਾਫੀ ਅਤੇ ਆਤਫ ਦੇਖੋ ਕਬੂਤਰਾਂ ਨੂੰ ਬੜਾ ਹੀ ਤੰਗ ਕਰਦਾ ਵੇਖੋ ਉਹਨੂੰ ਹੀ ਆ ਦੇਖੋ ਇਹ ਦੇਖੋ ਹੁਣ ਵੀ ਦੇਖੋ ਇੱਕ ਕਬੂਤਰ ਦਾ ਮੁੰਡਾ ਹੀ ਫੜ ਦੇ ਆਤਫ ਮਾਸ਼ਾਅੱਲਾ ਜੀ ਕਬੂਤਰ ਜਾਲਾਂ ਦੇ ਫਿਰਦੇ ਨੇ ਪਏ ਅਤੇ ਤੁਸੀਂ ਵੀ ਦੱਸੋ ਤੁਹਾਨੂੰ ਵੀਡੀਓ ਕੈਸੀ ਲੱਗ ਰਹੀ ਹੈ ਹੁਣ ਇਸ ਟਾਈਮ ਹੋ ਗਿਆ ਮੱਝਾਂ ਦੇ ਨਾਣੇ ਦਾ 4 ਤੋਂ ਲੈ ਕੇ 5 ਵਜੇ ਤੱਕ 1 ਘੰਟਾ ਰੋਜ਼ਾਨਾ ਇਹ ਮੱਝਾਂ ਦਾ ਟਾਈਮ ਹੈ ਫਿਕਸ ਕਿਉਂਕਿ ਗਰਮੀਆਂ ਨੇ ਅਤੇ ਇਸ ਤਰ੍ਹਾਂ ਚੱਲੋ ਮੱਝਾਂ ਠੰਡੀਆਂ ਹੋ ਜਾਂਦੀਆਂ ਨੇ ਦੇਖੋ ਕਿਤਨਾ ਖੂਬਸੂਰਤ ਉਹ ਅਮਰਾ ਅੱਡਾ ਜਿਹਾ ਇੱਧਰ ਸਾਹਮਣੇ ਅਤੇ ਇਹ ਸਾਹਮਣੇ ਅਮਰਾ ਕਲਾਂ ਸਾਡਾ ਪਿੰਡ ਹੈ ਸਾਰਿਆਂ ਦੋਸਤਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਵੀਡੀਓ ਆਖਰ ਤੱਕ ਵੇਖੀ ਹੈ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ ਅੱਲਾ ਹਾਫਿਜ਼ ਰੱਬ ਰਾਖਾ